ਕਈ ਵਾਰੀ ਬੰਦੇ ਨੂੰ ਕੋਈ ਦਿਹਾੜਾ ਹੀ ਮਾੜਾ ਆਉਣਾ। ਮੈਂ ਸੁਬਹ ਸ਼ਹਿਰੋਂ ਗ੍ਰਾਂ ਆਇਆ, ਮੈਂ ਕਿਹਾ ਚਲੋ ਇਹਦਾ ਨਿਆ ਨਿਆ ਲੈਂਟਰ ਪਿਆ ਵਾ ਤੇ ਮੈਂ ਇਸ ਪਾਣੀ ਲਾਈ ਛਾਂ। ਗ੍ਰਾਂ ਚੋਂ ਹੀ ਪਹੁੰਚਿਆ, ਪਤਾ ਲੱਗਾ ਕਿ ਮੈਂ ਚਾਬੀਆਂ ਸ਼ਹਿਰ ਛੋੜੀ ਆਇਆ। ਫਿਰ ਸ਼ਹਿਰੋਂ ਕੁਛ ਚਾਬੀਆਂ ਆਉਂਦੀਆਂ, ਇੱਥੇ ਅਸੀਂ ਘਰ ਖੋਲੀ ਮੋਟਰ ਲਾ ਲਵਾਂ, ਪਤਾ ਲੱਗਾ ਕਿ ਬਿਜਲੀ ਕੋਈ ਨਹੀਂ। ਮੈਂ ਕਿਹਾ ਚਲੋ ਜਦ ਤੱਕ ਬਿਜਲੀ ਨਹੀਂ ਅਛਣੀ ਤਾਂ ਰੋਟੀ ਖਾਈ ਕਿੰਨਾ। ਰੋਟੀ ਖਾਣਾ ਸਾਂ ਤਾਂ ਨਾ ਲੈ ਲੈਣ ਕੁੱਕੜਾਂ ਕੀ ਗਿੱਦੜ ਪਿਆ। ਕੁੱਕੜ ਇੱਧਰ ਉੱਧਰ ਨਸਣੇ ਸਿੱਧ ਕੋਲ ਬੈਠੇ ਕੁੱਤੇ ਕਿ ਮੈਂ ਛਾਵਾ ਕੀਤਾ ਤੇ ਉਹ ਆਪਣੇ ਕੁੱਕੜਾ ਚੱਕ ਬਈ ਗਿਆ। ਇਸ ਤੋਂ ਬਾਅਦ ਬਿਜਲੀ ਆਈ, ਮੈਂ ਕਿਹਾ ਚਲੋ ਮੋਟਰ ਲਾਈ ਕਿੰਨਾ। ਜਿਉਂ ਹੀ ਮੋਟਰ ਲਾਈ ਪਤਾ ਹੀ ਮੋਟਰ ਹੈ ਕਿ ਵਾਹ ਮੋਟਰ ਹੀ ਸੜੀ ਗਈ। ਮੋਟਰ ਤਾਂ ਸੜੀ ਗਈ, ਮੈਂ ਕਿਹਾ ਰੋਟੀ ਖਾਈ ਕਿੰਨਾ। ਰੋਟੀ ਖਾਣੇ ਗਿਆ ਤਾਂ ਉੱਥੇ ਤੱਕਿਆ ਜਿਹੜੀ ਬਚੀ ਰੋਟੀ ਸੀ ਉਹ ਸਾਰੀ ਕੁੱਕੜ ਖਾਈ ਗਈ। ਮੈਂ ਉਸ ਤੋਂ ਬਾਅਦ ਆਪਣੇ ਕਜ਼ਨ ਨੇ ਘਰ ਚਲਾ ਗਿਆ, ਉਹਨਾਂ 'ਚ ਤੋਤਾ ਰੱਖਿਆ ਤੇ ਮੈਂ ਉਸ ਕੋਲ ਗੱਛਿਤ ਬਹਿ ਰਿਹਾ। ਮੈਂ ਉਸਨੇ ਸਿਰਾ ਪ੍ਰਾਤ ਫਿਰਨੇ ਆਇਆ, ਮੀਆਂ ਮਿੱਠੂ ਚੂਰੀ ਖਾਸੇ ਤੇ ਅੱਗੂ ਆਣਾ ਕਰੇ ਆਪੂ ਖਾਧੀਏ। ਮਿਊਜ਼ਿਕ ਮੈਂ ਆਪਣੀ ਪਾਰੋ ਕੀ ਆਇਆ, ਵੀਡੀਓ ਤੇ ਤਸਵੀਰਾਂ 'ਚ ਤਾਂ ਮੈਂ ਫਿਲਟਰ ਲਾਉਣਾ ਤਾਂ ਕਿ ਬਲ ਦਿਸਣਾ। ਕੈਪਤਾ ਤੂੰ ਅਸਲ ਵਿੱਚ ਤੱਖੀ ਤੇ ਮੈਂ ਛੋੜੀ ਗੱਛੇ ਤੇ ਪਾਰੋ ਗੁਆਹਣੀ ਆਇੰਦਾ ਹੀ ਅੱਜ ਗੱਲ ਨਾ ਬਯਾਵੇ, ਤੁਸਾਂ ਜੀਏ ਜੇ ਵੀ ਹੋ ਮਿਕੀ ਕਬੂਲ ਹੋ ਤਾਂ ਮੈਂ ਬਾੜੀਆਂ 'ਚ ਪਲਿਆਰ ਦੇਣਾ ਸਾਂ ਤਾਂ ਸਲੰਘ 'ਚ ਆਇਆ ਤਸਵੀਰ 'ਚ ਕਿਤੇ ਭੇਜੀ ਛੋੜੀ ਤੇ ਪਾਰੋ ਗੁਆਹਣੀ ਮੈਂ ਤਾਂ ਡਰ ਗਈ। ਅਗਰ ਤੁਸਾਂ ਮਕਾਨਾਂ ਪਰ ਲੈਂਟਰ ਪੈਣਾ ਹੋਇਆ ਔਰ ਮਸਰੂਫੀਅਤ ਦੀ ਵਜ੍ਹਾ ਨਾਲ ਕੁਝ ਬੰਦਿਆਂ ਕੀ ਨਾ ਦੱਸੀ ਸਕੋ ਤੇ ਉਹ ਚੁੱਪ ਚਵੀ ਤੀਆਂ ਅੱਛੀ ਬਗੈਰ ਸਲਾਮ ਦੁਆ ਕੀਤੀਆਂ ਪਿੱਛੇ ਹੱਥ ਬੰਨੀ ਤਾਹਣੇ ਉਹ ਅੱਜ ਤਾਂ ਬਦਲ ਸਾ ਅੱਜ ਕੀ ਲੈਂਟਰ ਰੱਖਿਆ ਵੇ ਤਾਂ ਫਿਰ ਥੋੜ੍ਹੀ ਦੇਰ ਬਾਅਦ ਸਾਰੀਆਂ ਚੀਜ਼ਾਂ ਕੀ ਤੱਕੀ ਤਾਹਣੇ ਬਜਰੀ ਥੁੜਸੀ ਅੱਜ ਲੈਂਟਰ ਮੁਸ਼ਕਲ ਆ।